ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜ ਲਿਆ ਤਾਂ ਪੰਜਾਬ ਨੂੰ ਆਪਣੇ ਕਾਬੂ ਵਿੱਚ ਕਰਨ ਲਈ ਕੁਟਲ ਨੀਤੀਆਂ ਚਲਾਈਆਂ ਅਤੇ ਪੰਜਾਬ ਖੁਦ ਗਰਜ ਲਾਲਚੀ ਗਦਾਰਾਂ ਦੇ ਕਾਰਨ ਅੰਗਰੇਜ਼ਾਂ ਦੇ ਕਬਜ਼ੇ ਹੇਠ ਹੋ ਗਿਆ। ਪੰਜਾਬ ਦੇ ਸ਼ੇਰਾਂ ਨੂੰ ਗੁਲਾਮੀ ਦੀ ਜ਼ਿੰਦਗੀ ਰਾਸ ਨਾ ਆਈ। ਪੰਜਾਬ ਦੇ ਸੂਰਮੇ ਗੋਰਿਆਂ ਦੇ ਪੰਜੇ 'ਚੋਂ ਨਿਕਲਣ ਲਈ ਜਾਨਾ ਤਲੀ ਧਰ ਕੇ ਮੈਦਾਨ ਦੇ ਵਿੱਚ ਨਿਤਰੇ। ਉਸ ਸਮੇਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭੇ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ 26 ਮਈ 1896 ਈਸਵੀ ਨੂੰ ਸੂਰਮਿਆਂ ਦਾ ਸੂਰਮਾ ਪੈਦਾ ਹੋਇਆ, ਜਿਸ ਦਾ ਨਾਮ ਕਰਤਾਰ ਸਿੰਘ ਰੱਖਿਆ। ਜਿਹੜੇ ਪੁੱਤ ਨੇ ਕੁੱਲ ਬਦਨਾਮ ਕੀਤੀ, ਐਸਾ ਪੁੱਤਮਾ ਜਣਿਆ ਅਤੇ ਕੀ ਜਣਿਆ, ਆਪਣੀ ਕੌਮ ਦਾ ਕੁਝ ਸਵਾਰਿਆ ਨਾ, ਡਾਕੂ ਧਾੜਵੀ ਬਣਿਆ ਅਤੇ ਕੀ ਬਣਿਆ, ਡਲ ਰੋਇਆ ਨਾ ਦੇਖ ਦੁਖਿਆਰਿਆਂ ਨੂੰ, ਘਰ ਦੇ ਦੁੱਖਾਂ ਨਾ ਛਣਿਆ ਅਤੇ ਕੀ ਛਣਿਆ, ਜੜ ਏਕੇ ਤਵਾਕ ਦੀ ਪੁੱਟ ਕੇ ਅਤੇ ਜਾਲ ਪੁੱਟਦਾ ਤਣਿਆ ਅਤੇ ਕੀ ਤਣਿਆ, ਜੇ ਪੁੱਤ ਹੋਵੇ ਤਾਂ ਸ਼ਾਨ ਹੋਵੇ ਮਾਪਿਆਂ ਦੀ ਅਤੇ ਦੇਸ਼ ਤੇ ਕੌਮ ਦਾ ਬੰਨ ਹੋਵੇ। ਜਿਹਦਾ ਨਾਂ ਸੁਣ ਕਵੀ ਬਲਵੰਤ ਆਖੇ, ਤਿੰਨੇ ਲੋਕਾਂ ਵਿੱਚ ਧਨ ਧਨ ਹੋਵੇ। ਸਰਾਬੇ ਵਿੱਚ ਚਾਚਿਆਂ ਨੂੰ ਚੱਕ ਖਿਲਾਇਆ, ਫੁੱਲ
ਫੁੱਲਾਂ ਦੇ ਵਾਂਗ ਚਿਹਰਾ ਟਹਿਕਦਾ ਉਹ ਦੂਮ ਸਵਾਇਆ, ਫੁੱਲਾਂ ਦੇ ਵਾਂਗ ਚਿਹਰਾ ਟਹਿਕਦਾ ਉਹ ਦੂਮ ਸਵਾਇਆ, ਹੋਲੀ ਨਜ਼ਰ ਮਸੂਮ ਦੀ ਰਹੀ ਸੀ ਉਹ ਨੂਰ ਖਿਲਾਰ, ਮੰਗਲ ਕਰ ਪੁੱਤ ਜੰਮਿਆ ਦੀਦਾ ਨਾਲ ਕਿਆ ਕਿਰਦਾਰ, ਮੰਗਲ ਕਰ ਪੁੱਤ ਜੰਮਿਆ ਦੀਦਾ ਨਾਲ ਕਿਆ ਕਿਰਦਾਰ, ਸਹਾਰਾ ਬਚਪਨ ਵਿੱਚ ਹੀ ਉੱਠ ਗਿਆ ਇਹ ਬਾਲਾ ਜਰਨੈਲ, ਦਾਦੇ ਦੀਆਂ ਨਜ਼ਰਾਂ ਥੱਲੇ ਪਲਿਆ ਅਤੇ ਜਵਾਨ ਹੋਇਆ। ਮੈਟ੍ਰਿਕ ਕਰਨ ਤੋਂ ਬਾਅਦ ਉੱਚ ਵਿੱਦਿਆ ਦੇ ਲਈ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਅਮਰੀਕਾ ਦੇ ਹੋਟਲਾਂ 'ਤੇ ਹਿੰਦੁਸਤਾਨੀਆਂ ਲਈ ਲਿਖੀ ਭੈੜੀ ਸ਼ਬਦਾਵਲੀ ਪੜ੍ਹੀ, ਇੰਡੀਅਨ ਐਂਡ ਡੋਗਸ ਆਰ ਨਾਟ ਅਲਾਊਡ ਇਨ, ਹਿੰਦੁਸਤਾਨੀ 'ਤੇ ਕੁੱਤੇ ਅੰਦਰ ਨਹੀਂ ਆ ਸਕਦੇ। ਇਹ ਪੜ੍ਹ ਕੇ ਸੂਰਮਾ ਧੁਰ ਅੰਦਰ ਤੱਕ ਹਿੱਲ ਗਿਆ। ਇੱਕ ਔਰਤ ਨੇ ਤਾਨਾ ਮਾਰ ਕੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਅਣਖੀ ਮਰਜੀਵੜੇ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਮਰ ਮਿਟਣ ਦਾ ਫੈਸਲਾ ਕਰ ਲਿਆ। ਆਪਣੇ ਪਿੰਡ ਦੇ ਰੁੜੀਆ ਸਿੰਘ ਕੋਲ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ। ਰੁੜੀਆ ਸਿੰਘ ਆਜ਼ਾਦੀ ਦੇ ਇਸ ਪੱਖ ਦੇ ਅੰਗਿਆਰੇ ਨੂੰ ਲੈ ਕੇ ਗਦਰ ਪਾਰਟੀ ਦੇ ਥੰਮ ਸੋਹਣ ਸਿੰਘ ਭਕਣੇ ਕੋਲ ਆ ਕੇ ਇੰਜ ਕਹਿੰਦਾ ਹੈ, ਹਾਂ।
ਬੰਦੀ ਨੂੰ ਕਰਤਾਰ ਸਿੰਘ ਸਰਾਭੇ ਦੇ ਰੂਪ ਵਿੱਚ ਇੱਕ ਅਣਥਕ ਵਰਕਰ ਮਿਲ ਗਿਆ। ਇਹ ਜੁਝਾਰੂ ਯੋਧਾ ਜਥੇਬੰਦੀ ਲਈ ਜਾਨ ਤਲੀ 'ਤੇ ਧਰ ਕੇ ਔਕੜਾਂ ਮੁਸੀਬਤਾਂ ਵਿੱਚ ਵੀ ਰੰਭੇ ਕਾਰਜ ਨੂੰ ਨੇਪਰੇ ਚਾੜਨ ਲਈ ਜੂਝਦਾ ਰਿਹਾ। ਯੋਧਿਆਂ ਨੇ ਅਖਬਾਰ ਕੱਢੇ, ਪਹਿਲੇ ਸਫ਼ੇ 'ਤੇ ਲਿਖਿਆ, ਜਾਂ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਗਦਰੀ ਬਾਬਿਆਂ ਨੇ ਵਿਚਾਰਾਂ ਕਰਨ ਤੋਂ ਬਾਅਦ ਅਮਰੀਕਾ ਵਿੱਚੋਂ ਭਾਰਤ ਵੱਲ ਬਹੀਰਾ ਘੱਤ ਦਿੱਤੀਆਂ। ਸੈਂਕੜਿਆਂ ਦੀ ਗਿਣਤੀ ਵਿੱਚ ਗਦਰੀ ਹਿੰਦੁਸਤਾਨ ਪਹੁੰਚੇ। ਬਹੁਤੇ ਗਦਰੀ ਬੰਦਰਗਾਹਾਂ 'ਤੇ ਹੀ ਗ੍ਰਿਫਤਾਰ ਕਰ ਲਏ ਗਏ, ਪ੍ਰੰਤੂ ਸਰਾਭੇ ਵਾਲਾ ਬਾਕੀ ਸੂਰਮਾ ਪੁਲਿਸ ਦੇ ਅੱਖੀਂ ਘੱਟਾ ਪਾ ਕੇ ਪੰਜਾਬ ਪਹੁੰਚਿਆ ਅਤੇ ਆਜ਼ਾਦੀ ਦਾ ਘੋਲ ਆਰੰਭ ਕਰ ਦਿੱਤਾ। ਇਹ ਬਾਲੇ ਜਰਨੈਲ ਨੇ ਪਿੰਡ ਪਿੰਡ ਜਾ ਕੇ ਤਕਰੀਰਾਂ ਕੀਤੀਆਂ, ਧਰਤੀ ਸਾਡੀ, ਹਵਾ ਸਾਡੀ, ਪਾਣੀ ਸਾਡਾ, ਅਨਾਜ ਸਾਡਾ, ਇਹ ਦੇਸ਼ ਸਾਡਾ, ਅਤੇ ਫਿਰ ਰਾਜ ਕਿਉਂ ਗੈਰਾਂ ਦਾ? ਅਸੀਂ ਕੋਈ ਅਣਹੋਣੀ ਗੱਲ ਨਹੀਂ ਕੀਤੀ, ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਹਨ। ਹੱਕ, ਇਹਨਾਂ ਹੱਕਾਂ ਦੀ ਖਾਤਰ ਜਾਨ ਦੀ ਬਾਜ਼ੀ ਵੀ ਲਾ ਦਿਆਂਗੇ। ਕਰਤਾਰ ਸਿੰਘ ਸਰਾਭੇ ਨੇ ਆਪਣੇ ਵੈਰੀ, ਦੇਸ਼ ਦੇ ਵੈਰੀ ਗੋਰਿਆਂ ਨੂੰ ਇਉਂ ਲਲਕਾਰਿਆ।